ਲਓ ਵੀ ਸੰਡੇ ਦਾ ਦਿਨ ਸਾਜਰੇ ਸਾਜਰੇ ਸੁਬਹਾ ਸੁਬਹਾ ਪਹੁੰਚ ਗਏ 9 ਵਜੇ ਸੁਬਹਾ ਸੁਬਹਾ ਕਬੂਤਰਾ ਵੱਲ ਬਾਹਲੀ ਸੁਬਹਾ ਸੁਬਹਾ ਹੋ ਗਈ ਮੜਾ ਗੇੜਾ ਮਾਰ ਲਈਏ ਅਤੇ ਅੱਜ ਕੰਮ ਕਾਰ ਕਰਾਂਗੇ ਵਧੀਆ ਵਧੀਆ ਉਹ ਬੱਚਾ ਕਿੱਡਾ ਹੋ ਗਿਆ ਅਤੇ ਉਹ ਬੱਚੇ ਲਿਬੜਨ ਲੱਗ ਗਏ ਕਿਉਂਕਿ ਉਹ ਉੱਪਰ ਬੈਠਣ ਲੱਗ ਗਏ ਬਾਂਸ ਚੱਕੀ ਆਪਾਂ ਇੱਥੋਂ ਇੱਧਰ ਬੱਚੇ ਦੇਖ ਲਓ ਕਾਲਾ ਡੱਬਾ ਅਤੇ ਲਾਲ ਡੱਬਾ ਆਹ ਬੱਚਾ ਕਿੱਡਾ ਹੋ ਗਿਆ ਅਤੇ ਉਹ ਬੱਗਾ ਬੱਚਾ ਆਹ ਠੋਲੂ ਆਪਣਾ ਇਹਦੇ ਪੈਰ ਪੂਰ ਸਾਫ਼ ਕਰਾਂਗੇ ਅੱਜ ਅਤੇ ਉੱਕੇ ਰਿਪੋਰਟਾਂ ਨੇ ਉਹ ਜੋੜਾ ਵੀ ਛੇਤੀ ਆਂਡੇ ਧਰ ਲੂਗਾ ਕਿਸੇ ਗੁੱਡੇ 'ਚ ਨਹੀਂ ਧਰਦਾ ਬਸ ਇੱਥੇ ਹੀ ਧਰਨੇ ਇਹਨਾਂ ਨੇ ਆਂਡੇ ਅਤੇ ਦਵਾਈ ਦਵੂਈ ਦੇ ਦਾਂਗੇ ਸਾਰੇ ਕਬੂਤਰਾਂ ਨੂੰ ਸਾਫ਼ ਸਫਾਈ ਕਰ ਦਾਂਗੇ ਬਾਕੀ ਹੋਰ ਕੰਮ ਕਾਰ ਦੇਖਦੇ ਹਾਂ ਅਤੇ ਭਾਊ ਸਿੰਘ ਆਇਆ ਨਹੀਂ ਹੈਗਾ 4-5 ਦਿਨ ਹੋ ਗਏ ਗਿਆ ਹੋਇਆ ਘੁੰਮਣ ਜਾਂਟੀ ਸਿੰਘ ਵੀ ਅੱਜ ਚਲੇ ਗਿਆ ਹੁਣ ਅੱਜ ਆਪਾਂ ਮੈਸਾਂ ਮੂਸਾਂ ਦਾ ਕੰਮ ਨਿਬੇੜ ਦਈਏ ਪਹਿਲਾਂ ਚਲੋ ਪਹਿਲਾਂ ਮੈਸਾਂ ਦਾ ਹੀ ਨਿਬੇੜਦੇ ਹਾਂ ਲਓ ਮਿੱਤਰੋ ਮੈਸਾਂ ਨੜਾ ਕੇ ਸੁਰਖੀ ਬਿੰਦੀ ਲਾ ਕੇ ਅੰਦਰ ਬਿਠਾ ਦੀਆਂ ਕੱਖ ਕੁੱਖ ਪਾ ਕੇ ਅਤੇ ਕੁੰਡੀ ਕੱਢ ਲਈ ਆਹ ਖੁੱਡੇ ਵਾਲਿਆਂ ਦੀ ਨਵੇਂ ਵਾਲਿਆਂ ਦੀ ਇਹਨੂੰ ਐਂ ਚੰਗੀ ਤਰ੍ਹਾਂ ਧੋ ਕੇ ਟਰੇ ਟਰੂ ਦੀ ਕੱਢਤੀ ਆ ਉਹ ਦੇਖੋ ਸਾਫ਼ ਕਰਤੀ ਉੱਧਰਲੇ ਦੀ ਕੁੰਡੀ ਬੁਰੀ ਕੱਢਣ ਗਿਆ ਆਹ ਦੇਖੋ ਐਂ ਸਾਫ਼ ਕਰਤੀ ਠੀਕ ਆ ਐਨ ਹੋ ਗਈ ਸਾਫ਼ ਪਾਣੀ ਪੂਣੀ ਪਾਈਏ ਇਹ 'ਚ ਅਤੇ ਰੱਖ ਵੀ ਬੁਰੀ ਤੂੰ ਆ ਹੋਈ ਆਹ ਵੀ ਐਂ ਚੱਜ ਨਾਲ ਧੋ ਦੀ ਆ ਮਾਰ ਮੁੱਦੀ ਇਹਨੂੰ ਮੁੱਦੀ ਮਾਰ ਦੇ ਯਾਰ ਇੱਕ ਤਾਂ ਪੈਪ ਸਾਡਾ ਬਾਹਲਾ ਗੰਦਾ ਬਸ ਧੋ ਗਈ ਓਕੇ ਰਿਪੋਰਟ ਕਰ ਸਿੱਧੀ ਕਰ ਇਹਨੂੰ ਚੱਕੋ ਵੀ ਇਹ ਭਰ ਦਈਏ ਦਾਣੇ ਪਾਣੀ ਪਾਈਏ ਫਿਰ ਆਪਾਂ ਝਾੜ ਲਾ ਸਾਫ਼ ਹੈ ਵਿੱਚੋਂ ਸਾਫ਼ ਨੇ ਹੈ ਸਾਫ਼ ਹੈ ਠੀਕ ਆ ਉੱਥੇ ਲੈ ਚੱਲ ਮੈਂ ਦਾਣੇ ਪਾਉਣਾ ਫਿਰ ਆਹ ਲਓ ਵੀ ਸਰੋਂ ਪਾ ਦਈਏ ਇਹਨਾਂ ਨੂੰ ਅਤੇ ਕਣਕ ਨਹੀਂ ਪਾਉਣੀ ਇਹਨਾਂ ਨੂੰ ਹਾਲੇ ਸਰੋਂ ਵੀ ਇੰਨੀ ਕੁ ਪਾਉਣੀ ਹੈ ਕਿਉਂਕਿ ਕਣਕ ਬਈ ਰੋਜ਼ ਛੱਡ ਦਿੰਦੇ ਨੇ ਇਹ ਪਹਿਲਾਂ ਪਾ ਦਈਏ ਉਹਦੇ ਬਾਹਰ ਪਾਣੀ ਧਰਦੇ ਹਾਂ ਹਾਂ ਬਈ ਕਿਵੇਂ ਆ ਆਜੋ 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 ਲੈ ਓਕੇ ਰਿਪੋਰਟ ਹੈ ਅੱਜ ਸ਼ਾਇਦ ਦੇਖਦੇ ਹਾਂ ਜੱਸਾ ਆ ਗਿਆ ਨਾ ਫਿਰ ਖੁੱਡੇ ਖਾਡੇ ਸਾਫ਼ ਕਰ ਦਾਂਗੇ ਥੱਲੇ ਵਾਲਾ ਆਹ ਖੁੱਡਾ ਸਾਫ਼ ਕਰਾਂਗੇ ਪਹਿਲਾਂ ਕਿਉਂਕਿ ਇਹ ਕਰਿਆ ਨਹੀਂ ਹਲੇ ਮੇਰੀ ਸਲਾਹ ਤੀ ਨਾ ਖਾਨੇ ਚੱਕਣ ਦੀ ਇੱਕ ਮਿੰਟ ਇੱਥੇ ਇਹਨੂੰ ਇੱਥੇ ਰੱਖ ਦਿੰਦੇ ਹਾਂ ਠੀਕ ਆ ਓਕੇ ਮੇਰੀ ਸਲਾਹ ਤੀ ਨਾ ਪਹਿਲਾਂ ਬਾਈ ਵੀ ਆ ਖਾਨੇ ਚੱਕ ਦਈਏ ਸਿਰਫ ਟੋਕਰੀਆਂ ਲਾ ਦਈਏ ਪਰ ਮੁੜ ਕੇ ਫਿਰ ਇਹਨਾਂ ਨੇ ਆਂਡੇ ਧਰ ਲਏ ਤਾਂ ਕਰਕੇ ਹਲੇ ਰੁਕ ਗਏ ਕੋਈ ਚੱਕਰ ਨਹੀਂ ਚੱਲ ਫੇਰ ਕਰ ਲਾਂਗੇ ਇਹਨਾਂ ਦਾ ਕੰਮ ਨਿਬੜ ਗਿਆ ਹੁਣ ਉੱਧਰ ਲਿਆਂਦਾ ਨਿਬੇੜ ਦਈਏ ਖੜ ਜਾਓ ਕਲਾ ਵੀ ਟਰੀਆਂ ਵੀ ਭਰਤੀਆਂ ਬਾਈ ਟਰੀਆਂ 'ਚ ਪਾਉਣੇ ਅੱਜ ਦਾਣੇ ਯਾਰ ਇਹਨਾਂ ਨੂੰ ਨਹੀਂ ਵਿਚਾਰਿਆਂ ਦਾ ਸਿਸਟਮ ਉਲਝ ਜਾਂਦਾ ਇੱਕ ਤਾਂ ਗੁਰੀ ਉੱਥੇ ਕਰਦੇ ਟਰੇ ਮੈਨੂੰ ਲੱਗਦਾ ਉੱਥੇ ਐਂ ਕਰ ਇੱਕ ਪੀਲੀ ਇੱਟ ਵੀ ਚੱਕ ਲਿਆ ਉੱਥੋਂ ਜਿਹੜੀ ਹੈਗੀ ਆ ਨਾ 1 ਕਰੋੜਾ ਚੱਕ ਲਿਆ ਛੋਟਾ ਦੇਖ ਕੇ ਪੀਲੀ ਇੱਟ ਵੀ ਕੁੱਟੇ ਦਈਏ ਅਤੇ ਥੌੜੀ ਦੇਖ ਲਿਆ ਜੀ ਥੌੜੀ ਚੱਕ ਲਿਆ ਛਕੋ ਮਿੱਤਰੋ ਮੈਂ ਕਿਹਾ ਪੀਲੀ ਇੱਟ ਵੀ ਕੁੱਟ ਦਈਏ ਇਹਨੂੰ ਪੀਲੀ ਇੱਟ ਕੱਚੀ ਇੱਟ ਕੁੱਟ ਦਿੰਦੇ ਹਾਂ ਥੋੜ੍ਹੀ ਜਿਹੀ ਇਹਨਾਂ ਨੂੰ ਅਤੇ ਫਿਰ ਛੱਡਦੇ ਹਾਂ ਕਬੂਤਰ ਲਓ ਮਿੱਤਰੋ ਟਰੇਆਂ ਰੈਡੀ ਨੇ ਪਾਣੀ ਰੈਡੀ ਆ ਪੀੜੀ ਇੱਟ ਰੈਡੀ ਆ ਓਕੇ ਰਿਪੋਰਟ ਆ ਜਾਓ ਫਿਰ ਮਿੱਤਰੋ ਖੋਲੀਏ ਕਬੂਤਰ ਆ ਜਾਓ ਫਟਾਫਟ ਆ ਜਾਓ ਚੁਕੋ ਦਾਣਾ ਪਾਣੀ
ਤੈਨੇ ਆਪਾਂ ਪੈਰ ਪੂਰ ਧੋ ਲਈਏ ਫਿਰ ਨਿਗਾਹ ਮਾਰਦੇ ਹਾਂ ਇਹਨਾਂ 'ਤੇ। ਦੇਖੋ ਫਿਰ ਆ ਗਏ ਦਾਣਿਆਂ 'ਤੇ ਸਾਰੀ ਓਕੇ ਰਿਪੋਰਟ। ਅਤੇ ਪੀੜ੍ਹੀ ਇੱਟ 'ਤੇ ਦੇਖੋ ਪੈਂਦੇ ਨਾ ਜਿਹੜੇ ਪੁਰਾਣੇ ਕਬੂਤਰ ਨੇ ਟੁੱਟ ਟੁੱਟ ਕੇ ਪੈਂਦੇ ਨੇ, ਬਸ ਆਹ ਵੀ ਦਾਣੇ ਚੁੱਕ ਕੇ ਇਹਨਾਂ ਨੇ ਪੀੜ੍ਹੀ ਇੱਟ 'ਤੇ ਹੀ ਜਾਣਾ। ਉਹ ਬੱਚਾ ਥੋੜ੍ਹਾ ਜਿਹਾ ਸੁਸਤ ਹੈ ਯਾਰ, ਉਹਨੂੰ ਕੱਲ੍ਹ ਵੀ ਦਵਾਈ ਦਿੱਤੀ ਹੈ ਪਰਸੋਂ ਵੀ, ਅਤੇ ਅੱਜ ਉਹਨੂੰ ਧੁੱਪ ਲਵਾਉਂਦੇ ਹਾਂ ਕਰਾਉਂਦੇ ਹਾਂ ਸੈੱਟ ਕਰਦੇ ਹਾਂ ਉਹਨੂੰ, ਅਤੇ ਅੱਜ ਬੱਚਿਆਂ ਦੇ ਪੈਰ ਪੂਰ ਵੀ ਸਾਫ਼ ਕਰਨੇ ਆ। ਚਲੋ ਆਪਣਾ ਇਹ ਕੰਮ ਨਿਬੜਿਆ, ਹੁਣ ਆਪਾਂ ਚੱਲਦੇ ਹਾਂ ਮੋਟਰ 'ਤੇ ਪਾਣੀ ਪੂਣੀ ਘਰੇ ਆਈਏ। ਲਓ ਬਾਈ ਸਕੂਟਰੀ ਖਿੱਚਦੀ ਮੋਟਰ ਵੱਲੋਂ ਪਹੁੰਚ ਗਏ ਮੋਟਰ 'ਤੇ, ਲਾਈਟ ਚੱਲਦੀ ਹੈ ਅਤੇ ਉਹ ਨੱਕਾ ਬਦਲਣਾ ਆਪਾਂ ਨੇ, ਨੱਕਾ ਬਦਲ ਦਈਏ ਪਹਿਲਾਂ ਭੱਜ ਕੇ, ਉਹ ਤੋਂ ਬਾਅਦ ਨਾ ਧੋ ਕੇ ਵਿਹਲੇ ਆਪਾਂ। ਉਹ ਦੇਖੋ ਉੱਥੇ ਜਾਣਾ ਆਪਾਂ ਨੇ, ਚੱਲਦੇ ਹਾਂ ਕੋਈ ਨਹੀਂ ਮਿੰਟ ਦਾ ਹੀ ਕੰਮ ਆਪਣਾ। ਹਵਾ ਬਹੁਤ ਠੰਡੀ ਆ ਬਾਈ, ਦੇਖੋ ਕਿੰਨੀ ਸੋਹਣੀ ਹਵਾ ਚੱਲਦੀ ਆ, ਜੀ ਤਾਂ ਕਰਦਾ ਇੱਥੇ ਹੀ ਪੈ ਜਾਈਏ ਮੰਜਾੜਾ ਕੇ। ਚਲੋ ਪਹਿਲਾਂ ਨੱਕਾ ਬਦਲੀਏ। ਲਓ ਬਾਈ ਇੰਨਾ ਕੁ ਆਪਣਾ ਕੰਮ ਤਾਂ, ਬਸ ਆਹ ਟੇਢਾ ਕਰਨਾ ਤਾਂ ਵੀ ਇੱਧਰ ਨੂੰ ਵੀ ਜਾਵੇ ਅਤੇ ਸਿੱਧਾ ਵੀ ਜਾਵੇ। ਓਕੇ ਰਿਪੋਰਟ ਆਹ ਦੇਖ ਲਓ ਬਾਅਦ ਵਾਲੀ 26 ਜੀਰੀ, ਘੈਂਟ ਹੈ ਕੰਮ। ਹੁਣ ਚੱਲਦੇ ਹਾਂ ਘਰ ਨੂੰ, ਆਪਣੇ ਵੱਲ ਨੂੰ ਮੈਂ ਕੈਮਰਾ ਮਾਰ ਨਹੀਂ ਸਕਦਾ ਕਿਉਂਕਿ ਮੈਂ ਕੱਪੜੇ ਨਹੀਂ ਪਾਏ ਹੋਏ, ਬਨੈਣ ਪਾਈ ਫਿਰਦਾ। ਲਓ ਮਿੱਤਰੋ ਨਹਾ ਧੋ ਲਏ, ਅਤੇ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ, ਕਿਵੇਂ ਕੈਮ ਸਾਰੇ ਜਾਨਵਰ ਸੈੱਟ ਸਾਰਿਆਂ ਦੇ, ਨਹਾ ਧੋ ਕੇ ਕੱਪੜੇ ਪਾ ਲਏ, ਪਾਏ ਤਾਂ ਉਹੀ ਘਰ ਵਾਲੇ ਕੱਪੜੇ ਆ ਕਿਉਂਕਿ ਫਿਰ ਕਿਸੇ ਟਾਈਮ ਬੀਜਾਰ ਹੋ ਸਕਦਾ। ਆਹ ਦੇਖੋ ਫਿਰ ਕੰਡੈਂਸਰ ਦੇ ਟਾਇਰ ਪਵਾ ਤੇ ਮੂਹਰਲੇ ਵੀ ਮਗਰਲੇ ਸੈੱਟ ਦੇ, ਹੁਣ ਇਹਦੀ ਬੈਟਰੀ ਲਿਆਉਣੀ ਹੈ ਬਸ, ਫਿਰ ਕਰਾਂਗੇ ਸਟਾਰਟ ਇਹਨੂੰ, ਦਿਆ ਕਰਾਂਗੇ ਗੇੜੇ। ਅਤੇ ਕਬੂਤਰ ਲੱਗੇ ਹੋਏ ਆ ਹਾਲੇ ਤੱਕ ਪੀੜ੍ਹੀ ਇੱਟ ਚੁੱਕਣ। ਚਲੋ ਹੁਣ ਰੈਸਟ ਕਰੀਏ ਦੋ ਘੜੀ। ਹੁਣ ਜਾ ਰਹੇ ਹਾਂ ਬਈ ਆਪਾਂ ਕੋਠੇ 'ਤੇ, ਬੱਚੇ ਅੜਾਈਏ ਅਤੇ ਕਬੂਤਰ ਅੜਾਉਂਦੇ ਹਾਂ 5-7 ਜਾ ਕੇ। ਲਓ ਮਿੱਤਰੋ ਨਵੇਂ ਬੱਚੇ ਕਰਤੇ ਸ਼ਿਫਟ, ਅਤੇ ਚਿੱਟੀਆਂ ਅੱਖਾਂ ਦਾ ਸ਼ਾਖਾ ਹੈ ਨਾ, ਸ਼ਾਖਾ ਅਤੇ ਆਹ ਅੱਖਾਂ ਨਿਖਾਰ ਰਿਹਾ ਹਾਲੇ। ਚਲੋ ਓਕੇ ਰਿਪੋਰਟ ਹੈ, ਛੱਡਦੇ ਹਾਂ ਛੱਡਦੇ, ਇੱਥੇ ਢਾਂਗੀ 'ਤੇ ਬਿਠਾ ਦੇ ਚਾਹੇ। ਅਗਲੇ ਹਫ਼ਤੇ ਗੇੜੇ ਕਢਾਵਾਂਗੇ ਇਹਨਾਂ ਦੇ, ਕਿ ਜਾਲ 'ਚ ਇਹਨਾਂ ਨੂੰ ਦਿਖਾਉਣਾ ਹੈ ਜਗ੍ਹਾ, ਰੱਜੇ ਤਾਂ ਹੋਈ ਨੇ। ਆਹ ਤਾਂ ਫਿਰ ਆਹ ਜਾਲ 'ਚ ਕਰ ਬੰਦ, ਜਾਲ 'ਚ ਬੰਦ ਕਰਕੇ ਜਾਲ ਲਾ ਦੇ, ਨਾਲ ਲੱਗਦੀ ਅੱਜ ਦਾ ਦਿਨ ਦੇਖ ਲੈਣਗੇ, ਨਾਲੇ ਧੁੱਪ ਜੀ ਲੱਗ ਜੂ। ਆਹ ਫੁੱਲ ਗੈਮ ਨੇ ਪੂਰਾ ਜਾ। ਲਓ ਮਿੱਤਰੋ ਇਹਨਾਂ ਨੂੰ ਜਾਲ 'ਚ ਆਪਾਂ ਬੰਦ ਕਰ ਦਿੰਦੇ ਹਾਂ। ਚੁੱਕੋ ਵੀ ਮਿੱਤਰੋ ਜਾਲ ਵੀ ਲਾਤਾ, ਢਾਂਗੀ ਵੀ ਲਾਤੀ, ਨਵੇਂ ਦੋਏ ਬੱਚੇ ਕੱਢਣੇ ਨੇ ਅਤੇ ਹੋਰ 8-10 ਕਬੂਤਰ ਕੱਢਣੇ ਨੇ, ਅੱਜ ਕੱਢਦੇ ਚੱਜ ਨਾਲ ਵੀ ਮਿੱਤਰਾ ਕਬੂਤਰ, ਠੀਕ ਆ। ਬਾਕੀ ਉੜ ਵੀ ਰਹੇ ਨੇ, ਕਿੱਥੇ ਗਏ ਇੱਥੇ, ਹੁਣ ਤਾਂ 5-6 ਉੜਦੇ ਯਾਰ, ਇੱਕ ਉੜਦਾ ਆਹ ਆਉਂਦਾ। ਲਓ ਵੀ ਨਵੇਂ ਪੱਠੇ ਫੜ ਲਏ ਦੋਏ, ਚੱਕਦੇ ਬਈ ਹਾਂ, ਬਸ ਮੁੱਠੀ ਮਾਰਦੇ ਇੱਧਰ ਬੈਠ ਜਾਣਗੇ ਜੇ ਬੈਠਣਾ ਹੋਊ। ਚੱਲ ਪਏ ਛੇਤੀ ਦੂਏ ਕੱਢ ਲਿਆ ਕਰ ਅੜੀ, ਇਹ ਉਹ ਬੈਠ ਗਿਆ ਢਾਂਗੀ 'ਤੇ, ਇਹ ਜਿਹੜਾ ਘੱਟ ਉੜਿਆ ਹੋਇਆ ਉਹ ਜਿਹੜਾ ਉੱਦਣ ਦਾ ਘੇਰੇ ਘੂਰੇ ਕੱਢ ਲਏ ਜੀ ਨੇ, ਉਹ ਆ ਏ। ਚਲੋ 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 ਕੋਈ ਨਹੀਂ ਕੋਈ ਨਹੀਂ, ਕੱਢ ਲਿਆ ਬਸ ਨਾਲ ਦੀ ਨਾਲੇ। ਡਾਰੇ 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 ਐਨ ਵੀ ਡਾਦੇ, 4 ਹੋ ਗਏ।
ਬੱਚਾ ਤਾਂ ਹੋ ਗਿਆ ਕਾਇਮ, ਚੱਲ ਚੱਲ ਉਹਨੇ ਇਹ ਵੀ ਖਰਾਬ ਕਰ ਲੈਣਾ ਹੈ ਨਾ। ਚੱਲ ਕੋਈ ਨਾ ਹੋਰ ਕੱਢ ਤੂੰ, ਇਹਨੇ ਚਾਰ ਹੋ ਗਏ, ਕਿੰਨੇ ਕੱਢ ਲਿਆਂਦੇ ਹੋਰ ਇਹ? ਚਲੋ ਬਈ ਤਿੰਨ ਹੋਰ, ਸੱਤ ਹੋ ਗਏ। ਆ ਲਾਲ ਲਾਲ ਸਿਰਾ ਜਿਹਾ ਵੀ ਫੜ ਲਾ, ਲਾਲ ਚੀਨਾ। ਬਸ ਇਹਨਾਂ 'ਚੋਂ ਤਾਂ ਇੱਕ ਬੰਦ ਕਰਨੇ ਵਾਲਾ ਹੈ, ਦੋ ਉਡਾਉਣੇ ਵਾਲੇ ਨੇ, ਹਰੀਆਂ ਕੱਛਾਂ ਵਾਲਾ ਬੰਦ ਕਰਦੇ, ਦੋ ਉਡਾ ਲਾ। ਇੱਕ ਜਾਲ 'ਚੋਂ ਹੁਣ ਫੜ ਬਹੁਤ ਔਖੇ ਹੁੰਦੇ ਆ ਨਾ, ਚੁਸਤ ਹੋਏ ਪਏ ਨੇ। ਕਿੰਨੇ ਹੋ ਗਏ ਬਾਹਰ? ਸੱਤ ਹੋ ਗਏ। ਆ ਟਾਂਗੀ ਲਾਉਣੀ ਆ ਪੈਣੀ ਆ ਮੈਨੂੰ ਲੱਗਦਾ। ਸੱਤ ਅਤੇ ਦੋ ਆਹ ਹੋ ਗਏ, ਨੌ। ਹੋਰ ਕਿਹੜੇ ਉਡਾਉਣੇ ਵਾਲੇ? ਚਲੋ ਚਲੋ ਚਲੋ, ਨੌ ਉੜ ਗਏ ਤੇ ਪਹਿਲਾਂ। ਹਾਂ, ਦਸ, ਗਿਆਰਾਂ। ਚਲੋ ਚਲੋ ਚਲੋ, ਕੱਚ ਟੂਸੇ ਵਾਲਾ ਡਾ ਦੇ, ਗਿਆਰਾਂ। ਅਤੇ ਅੱਛਾ ਡੰਡੇ ਡੋਰੀ ਵਾਲਾ ਡਾ ਦੇ, ਬਾਰਾਂ। ਬਾਰਾਂ ਹੋ ਗਏ, ਉਹ ਵੀ ਡਾ ਦੇ ਕੱਚ ਟੂਸੇ ਵਾਲਾ। ਕੱਚ ਟੂਸੇ ਵਾਲਾ ਵੀ ਡਾ ਤਾ ਬਾਈ, ਚੌਦਾਂ ਕਬੂਤਰ ਹੋ ਗਏ। ਅਤੇ ਇਹਨਾਂ ਨੂੰ ਵੀ ਇਸੇ ਡਾ ਬਾਈ, ਬੈਠ ਗਏ ਇੱਥੇ, ਘੇਰੇ ਕੱਢ ਲੈਣਗੇ। ਸਾਰੀ ਡਾ ਦੇ ਡੰਡੇ ਨਾਲੇ ਡਾ ਦੇ। ਹਾਂ, ਮਾੜੇ ਮੋਟੇ ਘੇਰੇ ਕੱਢੇ ਆਉਣਗੇ। ਚਲੋ ਵੀ ਨਵੇਂ ਬੱਚੇ ਦੋਏ ਡਾ ਤੇ। ਚਲੋ ਚਲੋ ਚਲੋ, ਉਹ ਤਾਂ ਹੋ ਗਿਆ ਕਾਇਮ, ਗੁਲਾਬੀ ਪੋਟੇ ਵਾਲਾ ਤਾਂ ਕਾਇਮ ਹੈ ਨਾ। ਕੋਈ ਨਹੀਂ, ਉਹ ਨਾ ਉੱਧਰ ਨਹੀਂ ਜਾਂਦਾ। ਹਰੇ ਪੋਟੇ ਵਾਲਾ ਕਿੱਥੇ ਗਿਆ? ਹਾਂ, ਇਹਨਾਂ ਨੇ ਇਹਨੂੰ ਬਹਿ ਜਾਣ ਦੇ। ਆ ਤਾਂ ਆ ਇਹਨੂੰ ਰਲ ਜਾਣ ਦੇ ਉਹਨਾਂ ਦੇ ਨਾਲ। ਉੜ ਗਿਆ ਫਿਰ, ਕੋਈ ਨਹੀਂ ਆਜੂਗਾ। ਲੈ ਕਿਵੇਂ ਗਿਰਦਾ ਆ ਦੇ, ਆਹ ਦੇਖੋ ਆਹ ਕਾਇਮ ਹੋ ਗਿਆ, ਇਹਨੂੰ ਭੇਤ ਜਿਹਾ ਪੈ ਗਿਆ। ਦੇਖੋ ਕਿਵੇਂ ਸਾਲੇ ਅੱਜ ਖਿੰਡੇ ਫਿਰਦੇ ਨੇ, ਹੈ ਨਾ। ਇਹ ਵੀ ਲਾਏਗਾ, ਰਹਿਣ ਦੇ, ਲਾਉਣ ਨੂੰ ਕਿਹਾ ਲਾਉਣੀ ਹੈ। ਆ ਫਿਰ ਉੜ ਗਿਆ, ਅਤੇ ਬਾਕੀ ਕਬੂਤਰ ਫਿਰਦੇ ਨੇ ਉੱਚੇ ਬਾਈ। ਅਤੇ ਨਾਲ ਲੱਗਦੇ ਆਪਾਂ ਕਮੈਂਟ ਵੀ ਪੜ੍ਹ ਕੇ ਸੁਣਾ ਦਈਏ, ਠੀਕ ਹੈ, ਕਿਉਂਕਿ ਬਾਅਦ 'ਚ ਫਿਰ ਟਾਈਮ ਨਹੀਂ ਲੱਗਦਾ, ਲੇਟ ਹੋ ਜਾਂਦੇ ਹਾਂ। ਹੁਣ ਤੱਕ ਜਿਹੜੇ ਜਿਹੜੇ ਆ ਗਏ ਕਮੈਂਟ ਉਹ ਸੁਣਾ ਦਿੰਦੇ ਹਾਂ ਆਪਾਂ। ਸਭ ਤੋਂ ਪਹਿਲਾ ਕਮੈਂਟ ਹੈ ਪਿੰਨ ਕੀਤਾ ਹੋਇਆ ਵੀਰ ਦਾ, ਗੁਰਵੀਰ ਮਾਹਲ। ਦੂਜਾ ਹਰਪ੍ਰੀਤ ਬਲਿੰਗ, ਹੈਪੀ ਠੀਕਰੀ ਵਾਲ। ਅਤੇ ਨਵਦੀਪ, ਮਨਦੀਪ ਸਿੰਘ, ਬੱਬੂ ਕੌਸ਼ਿਕ, ਕੁਲਵੰਤ ਸਿੰਘ ਸੁੰਦਰ, ਸੁਖੀ ਸਿੰਘ, ਜਸਕਰਨਪ੍ਰੀਤ ਸਿੰਘ, ਖੁਸ਼ੀ ਕਬੂਤਰ, ਸੱਜਣ ਸਿੰਘ, ਪ੍ਰਦੀਪ 7594, ਅਤੇ ਜਸਵੰਤ ਭੁੱਲਰ, ਕਪਤਾਨ ਦਵਾਈ ਵੀਰਾ। ਅਤੇ ਬਾਕੀ ਜਿਵੇਂ ਜਿਵੇਂ ਆਉਣਗੇ ਉਹ, ਚੱਲ ਅਗਲੀ ਵੀਡੀਓ 'ਚ ਬੋਲ ਦਾਂਗੇ ਸਾਰਿਆਂ ਦੇ ਨਾਂ ਕੱਲ੍ਹ ਵਾਲੀ 'ਚ। ਅਤੇ ਕਬੂਤਰ ਸਾਰੇ ਹੀ ਉੱਡ ਰਹੇ ਨੇ, ਬਸ ਉਹ ਆ ਫਿਰ ਉੱਡ ਉੱਡ ਬੈਠੀ ਜਾਂਦਾ ਨਵਾਂ ਬੱਚਾ, ਅਤੇ ਉਹ ਬੈਠਾ ਇੱਕ, ਉਹਨੂੰ ਪਤਾ ਨਹੀਂ ਕੀ ਆਦਤ ਹੈ, ਚੰਗਾ ਭਲਾ ਉੱਡਦਾ ਉੱਥੇ ਬੈਠ ਜਾਂਦਾ। ਅਤੇ ਆਹ ਉਹਦਾ ਭਾਈ ਹੁਣ ਛੋਟਾ, ਆਹ ਵੀ ਉੜਿਆ ਲੈ, ਉੜਿਆ ਆ ਕਹਿਣ ਦੀ ਉਹ ਦੇਰ ਤੀ। ਚੱਲ 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 ਚੱਲ, ਹੋ ਜਾ ਨਾਲੇ। ਦੇਖੋ ਕੀੜੀਆਂ ਮੰਗੋ ਫਿਰਦੇ ਨੇ ਨਾ, ਆ ਗਿਆ ਤਾਂ ਢਾਂਗੀ 'ਤੇ। ਚਲੋ ਚਲੋ ਚਲੋ, ਹੋ ਗਿਆ ਕੈੜਾ ਹੁਣ, ਹੁਣ ਜੇ ਨਾੜ ਰਲ ਗਿਆ ਫਿਰ ਉੱਚਾ ਜਾ ਆਊਗਾ, ਹੈ ਨਾ। ਤੁਹਾਨੂੰ ਨਵਾਂ ਬੱਚਾ ਦਿਖਾਉਣਾ ਬਾਈ, ਕਬੂਤਰਾਂ 'ਚ ਰਲ ਕੇ ਕਿੱਥੇ ਲੱਗਿਆ, ਉਹ ਗਿਆ ਹੈ ਨਾ ਉਹਨਾਂ 'ਚ, ਹੈ ਨਾ। ਆਹ ਦੇਖੋ, ਇਹ ਨਹੀਂ ਇਹ, ਆਹ ਦੇਖੋ, ਖੜ ਜਾਓ ਯਾਰ, ਇੱਕ ਤਾਂ ਬਲਾਰ ਹੋ ਜਾਂਦਾ। ਆਹ ਦੇਖੋ ਸਭ ਤੋਂ ਮੂਹਰੇ ਫਿਰਦਾ,
ਦੇਖੋ ਕਿੱਥੇ ਲੱਗਿਆ ਫਿਰਦਾ, ਸਾਰਿਆਂ ਨਾਲ ਰਲ ਕੇ ਇੱਕਣੇ ਚੱਲਣਾ ਤਾਂ ਇਹਨਾਂ ਨੇ। ਰਹਿ ਗਿਆ ਆਹ ਬੱਚਾ ਦੂਜਾ ਨਵਾਂ, ਇਹਨੂੰ ਵੀ ਆਪਾਂ ਕੱਢ ਲਾਂਗੇ ਹਾਲੀ। ਰੁਕੋ ਬਸ ਇੱਕ ਅੱਧਾ ਦਿਨ, ਇਹਦੀ ਵਾਰੀ ਆਈ। ਲਓ ਆਹ ਦੇਖੋ ਕਿੱਥੇ ਚੜ੍ਹਿਆ, ਉਹ ਦੇਖੋ ਬਹੁਤ ਸੋਹਣਾ ਉੱਡ ਰਿਹਾ ਅੱਜ, ਉੱਚਾ ਗਿਆ ਅੱਜ ਪੂਰਾ, ਉੜੇ ਰਿਹਾ ਬਾਈ ਜਿੱਦਾਂ ਹਾਲੇ ਬੱਚਾ। ਉਹ ਦੇਖੋ ਉੱਪਰ ਆ ਜਾਂਦਾ, ਆਹ ਦੇਖੋ ਆ ਗਿਆ। ਅੱਜ ਵਧੀਆ ਘੇਰੇ ਕੱਢ ਲਏ, ਕੱਲ੍ਹ ਤੋਂ ਫਿਰ ਆਏ ਹਾਂ ਵਧੀਆ ਉੜ ਜਿਆ ਕਰੂਗਾ। ਆ ਜਾਓ ਆ ਜਾਓ ਆ ਜਾਓ। ਰੱਖੀਏ ਆਪਾਂ ਕਿੱਥੇ ਯਾਰ, ਬਾਹਰ ਸਲਾਬਾ ਹੁੰਦਾ ਹੈ, ਉੱਥੋਂ ਰੋਜ਼ ਫੇਰ ਕੱਢਣਾ ਪਿਆ ਕਰੂ। ਚੱਲ ਦੇਖ ਲਾ ਬਾਕੀ ਦਾਣੇ ਪਾ ਦੇ, ਪਾਣੀ ਚੇਂਜ ਕਰਦੇ ਜਾਨੂੰ ਇਹ ਉੱਡਦੇ ਨੇ। ਬੱਚਾ ਬਾਈ ਹਰੇ ਤੱਕ ਨਹੀਂ ਬੈਠਿਆ, ਅੱਧਾ ਪੌਣਾ ਘੰਟਾ ਹੋ ਗਿਆ ਬੱਚੇ ਨੂੰ ਆਹ ਫਿਰਦਾ, ਅਤੇ ਦੂਜੇ ਤਾਂ ਉੱਚੇ ਨੇ ਹੁਣ। ਦਾਣੇ ਪਾ ਦਈਏ ਮੈਂ ਕਿਹਾ, ਇਹਨੂੰ ਵੀ ਕਰਦੇ ਅੰਦਰ ਟਿੱਡੇ ਜਿਹੇ ਨੂੰ ਯਾਰ, ਇਹ ਦਾਣੇ ਕੱਢ ਰਿਹਾ ਤਾਂ ਪਹਿਲਾਂ ਜਾਂ ਤਾਂ ਰੱਜਿਆ ਹੋਇਆ ਹੁਣ, ਤਾਂ ਹੀ ਉੜ ਨਹੀਂ ਹੋਇਆ ਇਹ ਤਾਂ। ਫੜ ਲਾ ਫੜ ਲਾ, ਆ ਜਾਓ ਵੀ ਆ ਜਾਓ, ਆਓ 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 ਆਓ। ਉਹ ਗਿਆ ਉੜ ਗਿਆ ਥਾਪੇ ਮਾਰਦਾ ਵਾਲਾ, ਇੱਧਰ ਆ ਗਿਆ ਆ ਗਿਆ। ਤੂੰ ਦਾਣੇ ਪਾ ਪਹਿਲਾਂ। ਨਿਕਲਿਆ ਬਾਈ ਸਾਰੇ ਕਬੂਤਰ ਬਾਹਰ, ਪੈਨੇ ਟੁੱਟ ਕੇ ਦਾਣੇ ਅੱਬਰ ਨੂੰ। ਬੱਚਾ ਵੀ ਹਲੇ ਆਹ ਉੱਡਦਾ, ਬਾਕੀ ਵੀ ਲੁੰਗ ਲਾਣਾ ਆਹ ਉੱਡਦਾ, ਉੱਚੇ ਖੜ੍ਹੇ ਨੇ ਹਾਲੇ ਤੱਕ। ਕਬੂਤਰ ਕੋਈ ਨਹੀਂ ਬੈਠਿਆ, ਬਸ ਇੱਕੇ ਬੱਚਾ ਤਾ ਜਿਹੜਾ ਹਰੇ ਬੋਟੇ ਵਾਲਾ ਛੋਟਾ, ਉਹ ਅੰਦਰ ਬਿਠਾ ਤਾ। ਨਵੇਂ ਬੱਚੇ ਵੀ ਲਾ ਲਏ, ਇੱਥੋਂ ਹੀ ਛੱਡ ਦੇ, ਇੱਥੋਂ ਹੀ ਛੱਡ, ਨਹੀਂ ਉਹਨਾਂ ਨੇ ਡਰ ਜਾਣਾ ਹੁਣ, ਆਇਆ ਦਾਣੇ ਦੂਣੇ ਚੁੱਕ ਲੈਣਗੇ। ਕੱਲ੍ਹ ਰੰਗ ਰੁੰਗ ਲਾ ਦਾਂਗੇ ਇਹਨਾਂ ਦੇ, ਨਾਲੇ ਠੱਲਾਂ ਠੁੱਲਾਂ ਲਿਖਣੀਆਂ ਇਹਨਾਂ ਦੀਆਂ। ਅੰਦਰ ਗਿਆ ਸਿੱਧਾ ਹੀ, ਚਲੋ ਚਲੋ ਡਰਦੇ ਨੇ ਹੈ ਨਾ। ਉਹ ਬਹੁਤ ਉੱਚੀ ਲੱਗ ਗਏ ਜੱਸੇ, ਆਪਣਾ ਗਰਾਊਂਡ ਗਰੂੰਡ ਕਿਤੇ ਇੱਥੇ ਹੀ ਨਾ ਰਹਿ ਜਾਵੇ। ਉਹ ਵੀ ਕੱਢਦਾ ਬੱਚਾ ਬਾਈ, ਫੜਕੀ ਕੱਢਦੇ ਫੜਕੀ ਕੱਢਦੇ। ਚਾਰ ਓਕੇ ਯਾਰ ਬੋਰਡ, ਆਓ ਦੇਖ ਲਾ ਕਿੱਥੇ ਲੱਗੇ ਨੇ ਜਾ ਕੇ। ਨਵਾਂ ਬੱਚਾ ਵੀ ਨਾਲੇ ਆ ਦੇਖ ਫਿਰਦਾ, ਹਾਂ ਫਿਰਦਾ ਆ ਗਿਆ ਬਾਈ ਬੱਚਾ। ਇੱਕ ਤਾਂ ਡੰਡੇ ਟਵਰੀ ਵਾਲਾ ਆ ਗਿਆ, ਅਤੇ ਦੂਜਾ ਉਜਾਲ 'ਤੇ। ਯਾਰ ਇਹ ਬਹੁਤ ਮਾੜੀ ਗੱਲ ਹੈ, ਚੱਲ ਕੋਈ ਨਹੀਂ ਉਧਰੋਂ ਘੂਰ ਦੇ ਇੱਧਰ ਬਹਿ ਜਾਣਾ ਉਹਨੇ ਆ ਕੇ। ਬਾਕੀ ਬਾਈ ਉੱਚੇ ਫਿਰਦੇ ਨੇ, ਪੰਜ ਆਹ ਫਿਰਦੇ ਆ, ਛੇ ਅਤੇ ਦੋ ਆ ਉਹਦੇ, ਅੱਠ ਨੌਂ ਦਸਵਾਂ ਆ ਗਿਆ, ਤਿੰਨ ਤਾਰਲੇ ਤੇਰਾਂ ਹੀ 'ਤੇ ਅੰਦਰ ਨੂੰ ਜਾਂਦਾ ਜੱਸੇ। ਕੁੰਡਾ ਖੋਲ ਦੇ, ਸਾਲਿਆ ਗੇਟ ਨਹੀਂ ਦਿਖਦਾ ਤੈਨੂੰ ਖੁੱਲ੍ਹਾ, ਫਿਰ ਉੱਥੇ ਹੀ ਜਾਊ। ਚੱਲ ਆਪੇ ਬਹਿ ਜੂ ਤੂੰ, ਉਹਨਾਂ ਨੂੰ ਥਾੜਨ ਦਾ ਹੱਲ ਕਰ, ਮੈਨੂੰ ਆਉਂਦੇ ਨਹੀਂ ਲੱਗਦੇ ਉਹ, ਟਾਈਮ ਬਹੁਤ ਹੋ ਗਿਆ, ਹਨੇਰਾ ਹੋਣ ਨੂੰ ਤਿਆਰ ਹੈ। ਚੱਲ ਇਹਨਾਂ ਨੂੰ ਟਾਂਗੀ ਲਾ ਲਾ। ਲਓ ਵੀ ਮਿੱਤਰੋ, ਜਿਹਦਾ ਡਰਤਾ ਉਹੀ ਹੋਣ ਦੀ ਸੰਭਾਵਨਾ, ਦਸ ਦੇ ਦਸੇ ਕਬੂਤਰ ਉੱਪਰ ਖੜ੍ਹੇ ਨੇ, ਹਨੇਰਾ ਹੋਣ ਨੂੰ ਤਿਆਰ ਹੈ। ਟਾਈਮ ਤੁਹਾਨੂੰ ਦਿਖਾ ਦਾਂ, 7 ਵੱਜਣ ਵਾਲੇ ਨੇ। ਕਬੂਤਰ ਦਿਖਾਵਾਂ ਫਿਰ,
ਸਾਲੇ ਐਂ ਉੱਡਦੇ ਹਾਂ ਜਿਵੇਂ ਹੁਣ ਛੱਡੇ ਹੁੰਦੇ ਹਾਂ, 9 ਕਬੂਤਰ ਆ ਉੱਡਦੇ ਹਾਂ, 10ਵਾਂ ਆ ਆਉਂਦਾ। ਇਹ ਜ਼ਿਆਦਾ ਉੱਚਾ ਅਤੇ ਆਹ ਦੇਖ ਲਓ ਇਕੱਠੇ ਫਿਰਦੇ, ਜਿੰਨਾ ਚਿਰ ਇਕੱਠੇ ਆ ਉਨ੍ਹਾਂ ਚਿਰ ਆਉਣ ਦੀ ਕੋਈ ਸੰਭਾਵਨਾ ਨਹੀਂ ਇਹਨਾਂ ਦੀ। ਉੱਤੇ ਬੈਠਾ ਵਾਲਾ ਤਾਂ ਆ ਗਿਆ ਬਾਈ, ਬਾਕੀ ਆਹ ਵੀ ਨੀਵੇਂ ਆ ਗਏ, ਉਹ ਉੱਚੇ ਖੜ੍ਹੇ ਨੇ। ਸੁਰਖਾ ਕਾਲੀ ਗੱਛ ਵਾਲਾ ਉਹ ਦੇਖੋ ਕਿੱਥੇ ਖੜ੍ਹਾ, ਉਹ ਆਉਂਦਾ। ਬਾਕੀ ਅੱਧੇ ਕੁ ਆ ਗਏ ਨੀਵੇਂ, ਅੱਧੇ ਕੁ ਉੱਡਦੇ ਨੇ। ਅਤੇ ਚਲੋ ਕੋਈ ਨਾ, ਉਤਰਨ ਤੋਂ 2 ਆ ਗਏ, ਆ ਜਾਓ ਆ ਜਾਓ। 3 ਆ ਗਏ ਬਾਈ, ਇੱਕ ਇੱਕ ਕਰਕੇ ਲਾ ਲਈਏ, ਕਿਉਂਕਿ ਜੇ ਇਕੱਠੇ ਬੈਠ ਗਏ ਨਾ ਫਿਰ ਔਖਾ ਕਰਨਗੇ ਲਾਉਣ ਨੂੰ। ਅਤੇ ਜਿੰਨੇ ਕੁ ਅੰਦਰ ਹੁੰਦੇ ਹਾਂ ਉਨੇ ਕੁ ਕਰੀ ਜਾਂਦੇ ਹਾਂ। 10 ਰਹਿੰਦੇ ਅਤੇ 3 ਪਹਿਲਾਂ ਅੰਦਰ ਹੋ ਗਏ, 3 ਆ ਨੇ ਹੁਣ, ਇਹਨਾਂ 'ਚੋਂ ਦੇਖਦੇ ਹਾਂ ਕਿੰਨੇ ਕੁ ਅੰਦਰ ਜਾਂਦੇ ਨੇ। ਦੇਖੀ ਜੱਸੇ, ਬਾਕੀ ਉਹ ਫਿਰਦੇ ਨੇ ਹਲੇ। 1 ਗਿਆ ਲੈ, ਇਹ ਉਹ ਫਿਰ ਬੈਠੇ ਆ, 2 ਗਏ ਅੰਦਰ। ਆ ਇਹ ਰਹਿਣ ਦੇ, ਮੈਂ ਕਹਿੰਦਾ ਢਾਂਗੀ ਕਿਆ ਲਾਉਣੀ ਹੈ, ਇਹ ਰਹਿਣ ਦੇ। ਦੇਖੋ ਬਾਈ ਹੁਣ ਕਿਵੇਂ ਅੜਜੇ ਪਏ ਨੇ ਕਬੂਤਰ। 3-4 ਆ ਗਏ, 5 ਆ ਗਏ, 6, 1 ਨਹੀਂ ਆਇਆ, ਹੈ ਨਾ, ਉਹਦਾ ਹੀ ਖਤਰਾ ਹੈ ਕਿਤੇ। ਉਹ ਫਿਰਦਾ ਦੇਖੋ ਹਲੇ, ਆਇਆ ਰੇ, ਆਓ 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 ਆਓ। ਅਤੇ ਟਾਈਮ ਬਾਈ ਤੁਹਾਨੂੰ ਦਿਖਾਵਾਂ, 7:14 ਬਲਾਰ ਹੋ ਗਿਆ। ਲਓ ਜੀ ਮਿੱਤਰੋ, ਕਿੰਨੇ 3 ਹੋ ਗਏ ਅੰਦਰ, ਅਤੇ ਉਹ ਵੀ ਆ ਗਿਆ ਹੈ ਨਾ ਆਪਣਾ। ਖੜ੍ਹ ਜਾ ਟਾਂਗੀ, ਇੱਕ ਨਾ ਚੱਕ ਡਰ ਜਾਣੇ ਇਹਨਾਂ ਨੇ। 4, ਹਾਂ ਜੀ, ਉੱਥਾ ਵੀ ਆ ਗਿਆ ਸੁਰਖਾ, ਅੱਜ ਦਾ ਖਤਰਾ ਪੈਦਾ ਹੋ ਗਿਆ, 7:16 ਹੋ ਗਏ। ਚੱਲ ਕੋਈ ਨਹੀਂ, ਬਸ ਹੁਣ ਆ ਗਏ, ਅੰਦਰ ਕਰੀਏ ਫਿਰ ਚੱਲਦੇ ਹਾਂ ਆਪਾਂ ਗਰਾਊਂਡ 'ਚ ਨੂੰ। ਪਹੁੰਚ ਗਏ ਮਿੱਤਰੋ ਕਬੂਤਰਾਂ ਕੋਲ, ਗਰਾਊਂਡ 'ਚ ਬਾਅਦ 'ਚ ਚੱਲਦੇ ਹਾਂ, ਪਹਿਲਾਂ ਇਹਨਾਂ ਨੂੰ ਚੋਗਾ ਦੇ ਦਈਏ, ਪਾਣੀ ਪਾ ਦਈਏ, ਦਾਣੇ ਦੂਣਿਆਂ ਦਾ ਨਿਬੇੜ ਦਈਏ ਇਹਨਾਂ ਦਾ। ਉੱਧਰ ਨੂਰੀ ਦਾ ਨਿਬੇੜ ਰਹੇ ਹਾਂ, ਇੱਧਰ ਮੈਸਾਂ ਦਾ ਨਿਬੇੜ ਰਹੇ ਹਾਂ, ਆਪਾਂ ਕਬੂਤਰਾਂ ਦਾ ਨਿਬੇੜ ਦਈਏ। ਪਾਣੀ ਵੀ ਪਾਤਾ, ਦਾਣੇ ਵੀ ਪਾਤੇ, ਚੋਗਾ ਵੀ ਦੇਤਾ, ਕੰਮ ਨਿਬੜਿਆ, ਚੱਲਦੇ ਹਾਂ ਗਰਾਊਂਡ 'ਚ। ਆ ਜਾ ਵੀ, ਆ ਜਾ ਖੇਲੀਏ, ਇੱਧਰ ਨਹੀਂ ਕਰਿਆ ਬੁੱਧੂ ਕੋਈ ਨਾ, ਚਲੋ ਵੀ ਚਲੋ ਖੇਲੀਏ ਫਿਰ। ਲਓ ਜੀ ਮਿੱਤਰੋ, ਗਰਮੀ ਗਰਮੀ ਹੋ ਕੇ ਖੇਡ ਖੂਡ ਕੇ ਪਹੁੰਚ ਗਿਆ ਘਰੇ, ਮੱਛਰ ਬਹੁਤ ਹੈ ਅਤੇ ਬਾਕੀ ਸਾਰਾ ਕੰਮ ਓਕੇ ਹੈ, ਟਾਇਰਾਂ 'ਚ ਹਵਾ ਵੀ ਓਕੇ ਹੈ ਅਤੇ ਕਬੂਤਰਾਂ ਦਾ ਕੰਮ ਕੀਤਾ ਹੋਇਆ। ਹੁਣ ਮਿਲਦੇ ਹਾਂ ਭਾਗਲੇ ਵਲੋਗ 'ਚ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਜਿਹੜੇ ਕਮੈਂਟਾਂ 'ਚ 9 ਰਹਿ ਜਾਂਦੇ ਆ ਉਹ ਅਗਲੇ ਦਿਨ ਬੋਲਦਿਆ ਕਰੂੰਗਾ, ਹੈ ਨਾ, ਪਹਿਲਾਂ ਕਮੈਂਟ ਕਰ ਦਿਆ ਕਰੋ ਕਿਉਂਕਿ ਲੇਟ ਹੋ ਜਾਂਦੇ ਆ, ਹੈ ਨਾ। ਚਲੋ ਮਿਲਦੇ ਹਾਂ ਅਗਲੇ ਵਲੋਗ 'ਚ, ਚੈਨਲ ਨੂੰ ਕਰ ਲਓ ਸਬਸਕ੍ਰਾਈਬ।